हेलो फ्रेंड्स, मैं जगदेव ढिल्लों वाईफाई एडुकेटर यूट्यूब चैनल ते तुहाडा स्वागत करदा हां। उम्मीद करदा तुसी सारे ठीक होवोगे। स्टूडेंट्स, आपां टॉपिक स्टार्ट कीता होया सी चाइल्ड साइकोलॉजी दीआं ग्रोथ एंड डिवेलपमेंट दीआं थ्योरीज। ग्रोथ एंड डिवेलपमेंट दीआं थ्योरीज नूं असीं अलग अलग पार्ट्स विच की करदे हां, डिवाइड करदे हां, जिवें कॉग्निटिव डिवेलपमेंट थ्योरीज, मॉरल डिवेलपमेंट थ्योरीज, एनवायरमेंटल डिवेलपमेंट थ्योरीज ਅਤੇ ਸੋਸ਼ਲ ਡਿਵੈਲਪਮੈਂਟ ਥਿਊਰੀਜ਼। ਮੈਂ ਫਿਰ ਦੱਸ ਰਿਹਾ, ਗਰੋਥ ਐਂਡ ਡਿਵੈਲਪਮੈਂਟ ਦੀਆਂ ਥਿਊਰੀਜ਼ ਨੂੰ ਅਸੀਂ ਅਲੱਗ ਅਲੱਗ ਪਾਰਟਸ ਵਿੱਚ ਕੀ ਕਰਦੇ ਹਾਂ, ਡਿਵਾਈਡ ਕਰਦੇ ਹਾਂ। ਕਿਹੜੇ ਕਿਹੜੇ ਪਾਰਟ ਨੇ ਬੋਲ ਕੇ ਚੱਲੋ ਮੇਰੇ ਨਾਲ। ਇੱਕ ਕੋਗਨੀਟਿਵ ਡਿਵੈਲਪਮੈਂਟ ਥਿਊਰੀਜ਼, ਸੈਕੰਡ ਕਿਹੜਾ ਸੋਸ਼ਲ ਡਿਵੈਲਪਮੈਂਟ ਥਿਊਰੀਜ਼, ਥਰਡ ਕਿਹੜਾ ਮੋਰਲ ਡਿਵੈਲਪਮੈਂਟ ਥਿਊਰੀਜ਼, ਤੇ ਫੋਰਥ ਹੈ ਐਨਵਾਇਰਨਮੈਂਟਲ ਡਿਵੈਲਪਮੈਂਟ ਥਿਊਰੀਜ਼। ਅਸੀਂ ਜਿਹੜਾ ਇਹਦੇ ਵਿੱਚੋਂ ਪਾਰਟ ਸਟਾਰਟ ਕੀਤਾ ਹੋਇਆ ਸੀ ਉਹ ਕੀਤਾ ਸੀ ਕੋਗਨੀਟਿਵ ਡਿਵੈਲਪਮੈਂਟ ਥਿਊਰੀਜ਼। ਕੋਗਨੀਟਿਵ ਡਿਵੈਲਪਮੈਂਟ ਦੇ ਉੱਪਰ ਮੇਨ ਦੋ ਪਰਸਨਾਂ ਜਿਨ੍ਹਾਂ ਨੇ ਕੰਮ ਕੀਤਾ, ਇੱਕ ਹੈ ਜੀਨ ਪਿਆਜੇ ਤੇ ਸੈਕੰਡ ਹੈ ਜੇ ਐਸ ਬਰੂਨਰ। ਜੀਨ ਪਿਆਜੇ ਦੀ ਥਿਊਰੀ ਇਦੋਂ ਪਹਿਲਾਂ ਅਸੀਂ ਕੀ ਕਰ ਚੁੱਕੇ ਹਾਂ, ਡਿਸਕਸ ਕਰ ਚੁੱਕੇ ਹਾਂ। ਅੱਜ ਜੋ ਥਿਊਰੀ ਅਸੀਂ ਡਿਸਕਸ ਕਰਨੀ ਹੈ ਉਹ ਕਾਹਦੀ ਕਰਨੀ ਆ, ਬਰੂਨਰਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਮੈਂ ਫੇਰ ਦੱਸ ਰਿਹਾ, ਇਸ ਥਿਊਰੀ ਦਾ ਨਾਮ ਕੀ ਆ, ਬਰੂਨਰਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਸੈਕੰਡ ਨੇਮ ਕੀ ਆ, ਬਰੂਨਰਸ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ। ਥਰਡ ਨੇਮ ਕੀ ਆ, ਡਿਸਕਵਰੀ ਥਿਊਰੀ ਆਫ ਲਰਨਿੰਗ। ਇਹ ਥਿਊਰੀ ਕਿਸ ਬੰਦੇ ਕਿਸਨੇ ਦਿੱਤੀ, ਜੈਰਮ ਐਸ ਬਰੂਨਰ ਨੇ। ਇਹ ਕਿੱਥੋਂ ਦਾ ਰਹਿਣ ਵਾਲਾ ਸੀ, ਅਮਰੀਕਾ ਦਾ। ਉਸਨੇ ਇੱਕ ਬੁੱਕ ਵੀ ਲਿਖੀ, ਉਸਦਾ ਨਾਮ ਦ ਪ੍ਰੋਸੈਸ ਆਫ ਐਡੂਕੇਸ਼ਨ। ਇਹ ਬੁੱਕ ਕਦੋਂ ਲਿਖੀ, 1960 ਦੇ ਵਿੱਚ। ਮੈਂ ਫੇਰ ਦੱਸ ਰਿਹਾ, ਬਰੂਨਰ ਨੇ ਜਿਹੜੀ ਗੱਲ ਕੀਤੀ ਉਹ ਕਾਹਦੇ ਉੱਪਰ ਕੀਤੀ, ਕੋਗਨੀਟਿਵ ਡਿਵੈਲਪਮੈਂਟ ਦੇ ਉੱਪਰ। ਕੋਗਨੀਟਿਵ ਯਾਨੀ ਕਿ ਕੋਗਨੀਸ਼ਨ ਕੀ ਚੀਜ਼ ਆ, ਕੋਗਨੀਸ਼ਨ ਯਾਨੀ ਸਾਡੀ ਨੌਲੇਜ, ਆਈਡੀਆਸ, ਥਾਟ, ਸਾਡਾ ਗਿਆਨ। ਅਸੀਂ ਕਿਸੇ ਚੀਜ਼ ਨੂੰ ਕਿਵੇਂ ਪਰਸੀਵ ਕਰਦੇ ਹਾਂ, ਕਿਸੇ ਚੀਜ਼ ਬਾਰੇ ਕਿਵੇਂ ਸੋਚਦੇ ਹਾਂ, ਸਾਡੀ ਨੌਲੇਜ ਆ ਜਿਹੜੀ ਉਹ ਕਿਵੇਂ ਡਿਵੈਲਪ ਹੁੰਦੀ ਆ, ਯਾਨੀ ਕਿ ਸਾਡੇ ਆਈਡੀਆਸ ਕਿਵੇਂ ਕਿਵੇਂ ਡਿਵੈਲਪ ਹੁੰਦੇ ਆ, ਉਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ, ਕੋਗਨੀਟਿਵ ਡਿਵੈਲਪਮੈਂਟ ਕਿਹਾ ਜਾਂਦਾ। ਤੇ ਬਰੂਨਰ ਨੇ ਇੱਕ ਨਾਮ ਆਪਣੀ ਥਿਊਰੀ ਦਾ ਕੀ ਦਿੱਤਾ, ਡਿਸਕਵਰੀ ਥਿਊਰੀ ਆਫ ਲਰਨਿੰਗ। ਡਿਸਕਵਰੀ ਥਿਊਰੀ ਆਫ ਲਰਨਿੰਗ ਦਾ ਮਤਲਬ ਕੀ ਆ, ਬਰੂਨਰ ਕਹਿੰਦਾ ਜਿਹੜਾ ਬੱਚਾ ਉਹ ਕੀ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ। ਬੱਚਾ ਕੀ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ। ਇਹ ਨਾ ਹੋਵੇ ਜੋ ਟੀਚਰ ਦੇ ਐਕਸਪੀਰੀਅੰਸ ਨੇ, ਕਿਹਦੇ ਐਕਸਪੀਰੀਅੰਸ ਨੇ, ਟੀਚਰ ਦੇ ਜਿਹੜੇ ਐਕਸਪੀਰੀਅੰਸ ਨੇ ਉਹਨਾਂ ਨੂੰ ਸਿੰਪਲੀ ਐਕਸੈਪਟ ਨਹੀਂ ਕਰਨਾ ਚਾਹੀਦਾ, ਸਗੋਂ ਉਹਨਾਂ ਨੂੰ ਕੀ ਪ੍ਰਿੰਸੀਪਲ ਦੇ ਥਰੂ, ਕਿਹਦੇ ਥਰੂ, ਕੀ ਪ੍ਰਿੰਸੀਪਲ ਦੇ ਥਰੂ ਆਈਡੈਂਟੀਫਾਈ ਕਰਨਾ ਚਾਹੀਦਾ ਵੀ ਜੋ ਪੜ੍ਹਿਆ ਉਹ ਸਹੀ ਹੈ ਕਿ ਗਲਤ ਆ। ਉਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਹਾਂ, ਡਿਸਕਵਰੀ ਆਫ ਲਰਨਿੰਗ। ਮੈਂ ਫੇਰ ਦੱਸ ਰਿਹਾ, ਬਰੂਨਰ ਨੇ ਆਪਣੀ ਇੱਕ ਥਿਊਰੀ ਦਾ ਨਾਮ ਕੀ ਦਿੱਤਾ, ਡਿਸਕਵਰੀ ਥਿਊਰੀ ਆਫ ਲਰਨਿੰਗ। ਇਹਦਾ ਮਤਲਬ ਕੀ ਆ, ਬਰੂਨਰ ਕਹਿੰਦਾ ਬੱਚਾ ਕਲਾਸ ਦੇ ਵਿੱਚ ਕੀ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ, ਤੇ ਉਹਨੂੰ ਜਿਹੜੇ ਟੀਚਰ ਦੇ ਐਕਸਪੀਰੀਅੰਸ ਨੇ ਉਹਨਾਂ ਨੂੰ ਸਿੰਪਲੀ ਐਕਸੈਪਟ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਕੀ ਪ੍ਰਿੰਸੀਪਲ ਦੇ ਥਰੂ ਆਈਡੈਂਟੀਫਾਈ ਕਰਨਾ ਚਾਹੀਦਾ ਵੀ ਜੋ ਮੈਂ ਲਰਨ ਕੀਤਾ ਉਹ ਸਹੀ ਹੈ ਕਿ ਗਲਤ ਆ। ਉਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ, ਡਿਸਕਵਰੀ ਥਿਊਰੀ ਆਫ ਲਰਨਿੰਗ, ਯਾਨੀ ਕਿ ਡਿਸਕਵਰੀ ਆਫ ਲਰਨਿੰਗ। ਅੱਗੇ ਆਪਾਂ ਇਸ ਸਟੇਜ ਦੇ ਸਟਾਰਟ ਕਰਨ ਲੱਗੇ ਹਾਂ, ਸਟੂਡੈਂਟ, ਮੋਡਸ ਐਂਡ ਸਟੇਜਿਸ ਆਫ ਡਿਵੈਲਪਮੈਂਟ। ਮੈਂ ਫੇਰ ਦੱਸ ਰਿਹਾ, ਇਸ ਥਿਊਰੀ ਦੇ ਕੀ ਸਟਾਰਟ ਕਰਨ ਲੱਗੇ ਹਾਂ, ਮੋਡਸ। ਯਾਨੀ ਕਿ ਬਰੂਨਰ ਨੇ ਆਪਣੀ ਥਿਊਰੀ ਦੇ ਕਿੰਨੇ ਮੋਡ ਦਿੱਤੇ, 3। ਆਪਣੀ ਥਿਊਰੀ ਦੇ ਕਿੰਨੇ ਮੋਡ ਦਿੱਤੇ, 3। ਪਹਿਲਾ ਕਿਹੜਾ ਸੀ, ਇਨੈਕਟਿਵ ਮੋਡ। ਸੈਕੰਡ ਆਈਕੋਨਿਕ ਮੋਡ, ਤੇ ਥਰਡ ਹੈ ਸਿੰਬੋਲਿਕ ਮੋਡ। ਯਾਨੀ ਕਿ ਪਹਿਲੀ ਇਨੈਕਟਿਵ ਸਟੇਜ, ਸੈਕੰਡ ਹੈ ਆਈਕੋਨਿਕ ਸਟੇਜ, ਤੇ ਥਰਡ ਹੈ ਸਿੰਬੋਲਿਕ ਸਟੇਜ। ਕਈ ਵਾਰ ਪੇਪਰ ਦੇ ਵਿੱਚ ਆ ਜਾਂਦਾ ਵੀ ਇਹਨਾਂ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਜਾਂ ਕਰਨੋਲੋਜੀਕਲ ਆਰਡਰ ਦੇ ਵਿੱਚ ਲਿਖੋ, ਤਾਂ ਫਸਟ ਕਿਹੜਾ ਆਏਗਾ, ਇਨੈਕਟਿਵ ਸਟੇਜ, ਸੈਕੰਡ ਕਿਹੜਾ ਆਏਗਾ, ਆਈਕੋਨਿਕ ਸਟੇਜ, ਤੇ ਥਰਡ ਕਿਹੜਾ ਆਏਗਾ, ਸਿੰਬੋਲਿਕ ਸਟੇਜ। ਯਾਨੀ ਕਿ ਜਿਹੜੀ ਪਹਿਲੀ ਸਟੇਜ, ਯਾਨੀ ਕਿ ਪਹਿਲਾ ਮੋਡ ਹੈ, ਉਹ ਕਿਹੜਾ ਹੈਗਾ, ਇਨੈਕਟਿਵ ਮੋਡ ਜਾਂ ਇਨੈਕਟਿਵ ਸਟੇਜ। ਇਹ ਕਿੰਨੇ ਤੋਂ ਕਿੰਨੇ ਤੱਕ ਚੱਲਦਾ, ਬਰਥ ਤੋਂ ਲੈ ਕੇ 18 ਮੰਥ। ਯਾਨੀ ਕਿ ਜਨਮ ਤੋਂ ਲੈ ਕੇ ਕਿੰਨੇ ਮਹੀਨੇ, 18 ਮਹੀਨੇ। ਬਰਥ ਤੋਂ ਲੈ ਕੇ ਕਿੰਨਾ, 18 ਮੰਥ। ਇਸ ਮੋਡ ਯਾਨੀ ਕਿ ਇਸ ਸਟੇਜ ਦਾ ਜਿਹੜਾ ਸੈਕੰਡ ਨੇਮ ਆ ਉਹ ਕੀ ਆ, ਐਕਸ਼ਨ ਓਰੀਐਂਟਡ ਸਟੇਜ, ਤੇ ਸੈਕੰਡ ਔਰ ਥਰਡ ਨੇਮ ਹੈ ਕੰਕਰੀਟ ਸਟੇਜ। ਹੁਣ ਅਕੋਰਡਿੰਗ ਟੂ ਬਰੂਨਰ,
ਜਾਨੀ ਕਿ ਇਸ ਸਟੇਜ ਦੇ ਵਿੱਚ ਬੱਚਾ ਸਿਰਫ ਉਹਨਾਂ ਚੀਜ਼ਾਂ ਨੂੰ ਹੀ ਲਰਨ ਕਰਦਾ, ਉਹਨਾਂ ਚੀਜ਼ਾਂ ਨੂੰ ਹੀ ਸਿੱਖਦਾ ਜਿਹੜੀਆਂ ਚੀਜ਼ਾਂ ਕੀ ਨੇ ਕੰਕਰੀਟ। ਕੰਕਰੀਟ ਮਤਲਬ ਕਿ ਜਿਹੜੀਆਂ ਉਹਨੂੰ ਸਾਹਮਣੇ ਪਈਆਂ ਕੀ ਕਰਦੀਆਂ ਨੇ, ਦਿਖਾਈ ਦਿੰਦੀਆਂ ਨੇ, ਉਹਨਾਂ ਚੀਜ਼ਾਂ ਨੂੰ ਹੀ ਕੀ ਕਰੇਗਾ, ਲਰਨ ਕਰੇਗਾ। ਫਿਰ ਇਸ ਸਟੇਜ ਦੇ ਵਿੱਚ ਬੱਚਾ ਜਿੰਨਾ ਵੀ ਸਿੱਖੇਗਾ ਉਹ ਸਾਰਾ ਕੁਝ ਕਿਹਦੇ ਥਰੂ ਸਿੱਖੇਗਾ, ਐਕਸ਼ਨ ਦੇ ਥਰੂ। ਜਾਣੀ ਕਿ ਬੱਚਾ ਆਪਣੀ ਜਿਹੜੀ ਨੌਲੇਜ ਆ ਉਹ ਕਿਹਦੇ ਥਰੂ ਰੀਪ੍ਰਜੈਂਟ ਕਰੇਗਾ, ਐਕਸ਼ਨ ਦੇ ਥਰੂ ਰੀਪ੍ਰਜੈਂਟ ਕਰੇਗਾ। ਜਾਣੀ ਕਿ ਬੱਚਾ ਜਿੰਨਾ ਵੀ ਅੰਡਰਸਟੈਂਡ ਕਰੇਗਾ ਤੇ ਜਿੰਨਾ ਵੀ ਦੂਸਰੇ ਲੋਕਾਂ ਨੂੰ ਸਮਝਾਵੇਗਾ ਉਹ ਸਾਰਾ ਕੁਝ ਕਿਹਦੇ ਥਰੂ ਸਮਝਾਵੇਗਾ ਜਾਂ ਅੰਡਰਸਟੈਂਡ ਕਰੇਗਾ, ਐਕਸ਼ਨ ਦੇ ਥਰੂ। ਫਿਰ ਬੱਚਾ ਇਸ ਸਟੇਜ ਦੇ ਵਿੱਚ ਮੋਟਰ ਐਕਟੀਵਿਟੀਜ਼ ਕੀ ਕਰਦਾ ਗਾ, ਯੂਜ਼ ਕਰਦਾ। ਇਸ ਸਟੇਜ ਦੇ ਵਿੱਚ ਕੀ ਯੂਜ਼ ਕਰਦਾ ਗਾ, ਮੋਟਰ ਐਕਟੀਵਿਟੀਜ਼ ਯੂਜ਼ ਕਰਦਾ ਗਾ। ਮੋਟਰ ਐਕਟੀਵਿਟੀ ਜਿਵੇਂ ਮੂਵਿੰਗ, ਰੀਚਿੰਗ ਐਕਸਟਰਾ। ਮੈਂ ਫਿਰ ਦੱਸ ਰਿਹਾ ਸਟੂਡੈਂਟ, ਫਸਟ ਸਟੇਜ ਅਸੀਂ ਪੜ੍ਹੀ ਆ ਉਸਦਾ ਨਾਮ ਕੀ ਆ, ਇਨਐਕਟਿਵ ਸਟੇਜ। ਮੇਰੇ ਨਾਲ ਚੱਲਣਾ, ਇਹ ਕਦੋਂ ਤੋਂ ਕਦੋਂ ਤੱਕ ਚੱਲਦੀ ਆ, ਜਨਮ ਤੋਂ ਲੈ ਕੇ 18 ਮੰਥ। ਇਸ ਸਟੇਜ ਦਾ ਸੈਕੰਡ ਨੇਮ ਕੀ ਆ, ਐਕਸ਼ਨ ਓਰੀਐਂਟਡ ਸਟੇਜ। ਥਰਡ ਨੇਮ ਕੀ ਆ, ਕੰਕਰੀਟ ਸਟੇਜ। ਹੁਣ ਇਸ ਸਟੇਜ ਦੇ ਨਾਮ ਤੋਂ ਹੀ ਕਲੀਅਰ ਹੁੰਦਾ ਕਿ ਬੱਚਾ ਸਿਰਫ ਉਹਨਾਂ ਚੀਜ਼ਾਂ ਨੂੰ ਹੀ ਸਿੱਖਦਾ ਗਾ ਜਿਹੜੀਆਂ ਚੀਜ਼ਾਂ ਉਹਨੂੰ ਸਾਹਮਣੇ ਪਈਆਂ ਕੀ ਕਰਦੀਆਂ ਨੇ, ਦਿਖਾਈ ਦਿੰਦੀਆਂ ਨੇ। ਫਿਰ ਬੱਚਾ ਆਪਣੀ ਨੌਲੇਜ ਕਿਹਦੇ ਥਰੂ ਰੀਪ੍ਰਜੈਂਟ ਕਰਦਾ, ਐਕਸ਼ਨ ਦੇ ਥਰੂ ਰੀਪ੍ਰਜੈਂਟ ਕਰਦਾ। ਕਿਹਦੇ ਥਰੂ ਰੀਪ੍ਰਜੈਂਟ ਕਰਦਾ, ਐਕਸ਼ਨ ਦੇ ਥਰੂ ਰੀਪ੍ਰਜੈਂਟ ਕਰਦਾ। ਤੇ ਬੱਚਾ ਕਿਹੜੀਆਂ ਐਕਟੀਵਿਟੀ ਯੂਜ਼ ਕਰਦਾ, ਮੋਟਰ ਐਕਟੀਵਿਟੀ ਯੂਜ਼ ਕਰਦਾ। ਇਸ ਸਟੇਜ ਦੇ ਵਿੱਚ ਬੱਚਾ ਦੋ ਮੈਥਡ ਦੇ ਥਰੂ ਸਿੱਖਦਾ, ਇੱਕ ਤਾਂ ਪਲੇ ਵੇ, ਇੱਕ ਤਾਂ ਕਿਹੜਾ ਪਲੇ ਵੇ, ਤੇ ਸੈਕਿੰਡ ਹੈ ਟ੍ਰਾਇਲ ਐਂਡ ਐਰਰ। ਇਸ ਸਟੇਜ ਦੇ ਵਿੱਚ ਬੱਚਾ ਦੋ ਮੈਥਡ ਦੇ ਥਰੂ ਲਰਨ ਕਰਦਾ, ਇੱਕ ਤਾਂ ਕਿਹਦੇ ਥਰੂ ਪਲੇਵੇ ਦੇ ਥਰੂ, ਤੇ ਸੈਕਿੰਡ ਕਿਹਦੇ ਟ੍ਰਾਇਲ ਐਂਡ ਐਰਰ ਦੇ ਥਰੂ। ਸੈਕਿੰਡ ਸਟੇਜ ਹੈ ਆਈਕੋਨਿਕ ਸਟੇਜ। ਕਿਹੜੀ ਸਟੇਜ? ਆਈਕੋਨਿਕ ਸਟੇਜ। ਆਈਕੋਨਿਕ ਸਟੇਜ ਸੈਕਿੰਡ ਨੇਮ ਹੈ ਇਸਦਾ, ਅਮੇਜ਼ ਵੇਸ ਸਟੇਜ। ਤੇ ਥਰਡ ਨੇਮ ਹੈ ਇਸਦਾ, ਟੈਕਟੋਰੀਅਲ ਸਟੇਜ। ਹੁਣ ਬਰੂਨਾ ਨੇ ਜਿਹੜੀ ਸੈਕਿੰਡ ਸਟੇਜ ਦਿੱਤੀ ਉਹ ਕਿਹੜੀ ਆ ਸਟੂਡੈਂਟਸ? ਆਈਕੋਨਿਕ ਸਟੇਜ। ਇਹਦਾ ਸੈਕਿੰਡ ਨੇਮ ਕੀ ਆ? ਅਮੇਜ਼ ਵੇਸ ਸਟੇਜ। ਤੇ ਥਰਡ ਨੇਮ ਕੀ ਆ? ਟੈਕਟੋਰੀਕਲ ਸਟੇਜ। ਇਹ ਸਟੇਜ ਆ ਜਿਹੜੀ ਕਦੋਂ ਤੋਂ ਕਦੋਂ ਤੱਕ ਚੱਲਦੀ ਆ? 18 to 6 ਈਅਰ, ਯਾਨੀ ਕਿ 18 ਮਹੀਨੇ ਤੋਂ ਲੈ ਕੇ ਕਿੰਨੇ ਤੱਕ? 6 ਈਅਰ ਤੱਕ। ਇਸ ਸਟੇਜ ਦੇ ਨਾਮ ਤੋਂ ਹੀ ਕਲੀਅਰ ਹੈ ਕਿ ਬੱਚਾ ਕਿਹਦੇ ਥਰੂ ਸਿੱਖਦਾ? ਅਮੇਜ਼ ਦੇ ਥਰੂ। ਬੱਚਾ ਕਿਹਦੇ ਥਰੂ ਸਿੱਖਦਾ? ਅਮੇਜ਼ ਦੇ ਥਰੂ। ਯਾਨੀ ਕਿ ਬੱਚਾ ਆਪਣੀ ਜਿਹੜੀ ਨੌਲੇਜ ਰੀਪ੍ਰਜੈਂਟ ਕਰਦਾ ਉਹ ਜ਼ਿਆਦਾਤਰ ਕਿਹਦੇ ਥਰੂ ਕਰਦਾ ਗਾ? ਅਮੇਜ਼ ਦੇ ਥਰੂ ਕਰਦਾ। ਜਿਵੇਂ ਸਟੂਡੈਂਟਸ ਤੁਸੀਂ ਦੇਖਿਆ ਹੋਵੇਗਾ ਫਸਟ ਸੈਕਿੰਡ ਕਲਾਸ ਦੀਆਂ ਜਿਹੜੀਆਂ ਬੁੱਕਸ ਨੇ, ਫਸਟ ਜਾਂ ਸੈਕਿੰਡ ਕਲਾਸ ਦੀਆਂ ਜਿਹੜੀਆਂ ਕਿਨੇ ਬੁੱਕਸ ਨੇ ਉਹਨਾਂ ਦੇ ਵਿੱਚ ਵਿਧ ਕੀ ਬਣੀ ਹੁੰਦੀ ਹੈ? ਪਿਕਚਰ ਬਣੀ ਹੁੰਦੀ ਹੈ। ਵਿਧ ਕੀ ਬਣੀ ਹੁੰਦੀ ਹੈ? ਅਮੇਜ਼ ਬਣੀ ਹੁੰਦੀ ਹੈ, ਕਿਉਂਕਿ ਇਸ ਸਟੇਜ ਦੇ ਵਿੱਚ ਬੱਚਾ ਜਿਹੜੀਆਂ ਜ਼ਿਆਦਾਤਰ ਚੀਜ਼ਾਂ ਅਮੇਜ਼ ਦੇ ਥਰੂ ਆਪਣੇ ਮਾਇੰਡ ਦੇ ਵਿੱਚ ਕੀ ਕਰਦਾ ਗਾ? ਸਟੋਰ ਕਰਦਾ ਗਾ। ਤੇ ਇਸ ਸਟੇਜ ਦੇ ਵਿੱਚ ਬੱਚਾ ਜਿਹੜੇ ਮੈਥਡ, ਟੀਚਿੰਗ ਮੈਥਡ ਨੇ ਉਹ ਕਿਹੜੇ ਨੇ? ਇੱਕ ਤਾਂ ਆਡੀਓ ਵਿਜ਼ੂਅਲ ਏਡਸ, ਇੱਕ ਪਜ਼ਲਸ। ਇਹ ਦੋ ਟੀਚਿੰਗ ਮੈਥਡ ਆ ਜਿਨ੍ਹਾਂ ਦੇ ਥਰੂ ਬੱਚਾ ਕੀ ਕਰਦਾ ਗਾ? ਲਰਨ ਕਰਦਾ ਗਾ। ਮੈਂ ਫਿਰ ਦੱਸ ਰਿਹਾ ਸੈਕਿੰਡ ਸਟੇਜ ਕਿਹੜੀ ਸਟੇਜ ਆ? ਆਈਕੋਨਿਕ ਸਟੇਜ। ਉਹਦਾ ਸੈਕਿੰਡ ਨੇਮ ਕੀ ਆ? ਅਮੇਜ਼ ਵੇਜ ਸਟੇਜ। ਥਰਡ ਨੇਮ ਕੀ ਆ? ਪੈਕਟੋਰੀਕਲ ਸਟੇਜ। ਇਹ ਕਦੋਂ ਤੋਂ ਕਦੋਂ ਤੱਕ ਚੱਲਦੀ ਆ? 18 to 6 ਈਅਰ। ਇਸ ਸਟੇਜ ਦੇ ਵਿੱਚ ਬੱਚਾ ਕਿਹਦੇ ਥਰੂ ਸਿੱਖਦਾ ਗਾ? ਅਮੇਜ਼ ਦੇ ਥਰੂ। ਯਾਨੀ ਕਿ ਬੱਚਾ ਆਪਣੀ ਜਿਹੜੀ ਨੌਲੇਜ ਆ ਉਹ ਕਿਹਦੇ ਥਰੂ ਰੀਪ੍ਰਜੈਂਟ ਕਰਦਾ ਗਾ? ਅਮੇਜ਼ ਦੇ ਥਰੂ ਕਰਦਾ। ਤੇ ਟੀਚਿੰਗ ਮੈਥਡ ਕਿਹੜੇ ਨੇ? ਪਹਿਲਾ ਹੈ ਆਡੀਓ ਵਿਜ਼ੂਅਲ ਏਡਸ, ਤੇ ਸੈਕਿੰਡ ਮੈਥਡ ਕਿਹੜਾ ਗਾ? ਪਜ਼ਲਸ। ਯਾਨੀ ਕਿ ਬੱਚਾ ਜਾਂ ਤਾਂ ਆਡੀਓ ਵਿਜ਼ੂਅਲ ਏਡ ਦੇ ਥਰੂ ਸਿੱਖਦਾ ਗਾ ਜਾਂ ਬੱਚਾ ਕਿਹਦੇ ਥਰੂ ਸਿੱਖਦਾ ਗਾ? ਪਜ਼ਲ ਦੇ ਥਰੂ ਸਿੱਖਦਾ ਗਾ। ਥਰਡ ਸਟੇਜ ਹੈ ਸਟੂਡੈਂਟਸ ਇਸ ਦੀ ਸਿੰਬੋਲਿਕ ਸਟੇਜ। ਇਹ ਕਿੰਨੇ ਤੋਂ ਕਿੰਨੇ ਤੱਕ ਚੱਲਦੀ ਆ? 6 to onward। ਮੈਂ ਫਿਰ ਦੱਸ ਰਿਹਾ ਥਰਡ ਸਟੇਜ ਕਿਹੜੀ ਆ? ਸਿੰਬੋਲਿਕ ਸਟੇਜ। ਇਹ ਕਿੰਨੇ ਤੋਂ ਕਿੰਨੇ ਤੱਕ ਚੱਲਦੀ ਆ? 6 to onward, ਯਾਨੀ ਕਿ 6 ਸਾਲ ਤੋਂ ਲੈ ਕੇ ਲਗਾਤਾਰ। ਇਸ ਸਟੇਜ ਦਾ ਸੈਕਿੰਡ ਨੇਮ ਕੀ ਆ? ਲੈਂਗੁਏਜ ਸਟੇਜ, ਯਾਨੀ ਕਿ ਲੈਂਗੁਏਜ ਵੇ। ਇਸ ਸਟੇਜ ਦੇ ਵਿੱਚ ਬੱਚੇ ਦੀ ਜਿਹੜੀ ਲੈਂਗੁਏਜ ਆ ਉਹ ਕੀ ਹੋ ਜਾਂਦੀ ਆ? ਪ੍ਰੋਪਰ ਵੇ ਦੇ ਨਾਲ
डिवेलप हो जाती है तो बच्चे के जिहड़े कंसैप्ट आ उह भी क्लीयर होने की हो जाते हैं स्टार्ट हो जाते हैं जिवें यूज ऑफ वर्ड्स एंड सिंबल्स टू डिस्क्राइब एक्सपीरियंस यानी कि बच्चा अपने एक्सपीरियंस नूं डिस्क्राइब करने की खातर किनूं यूज करता जां तां वर्ड्स यानी कि लैंग्वेज नूं ते दूजा किनूं यूज करता सिंबल नूं मैं फिर दस रहा बच्चा अपने एक्सपीरियंस नूं की करने की खातर डिस्क्राइब करने की खातर नाले तां की यूज करता वर्ड्स नाले की यूज करता सिंबल्स फिर बच्चे की केड़ी थिंकिंग डिवेलप हो जाती है एब्सट्रैक्ट थिंकिंग आपां दो चीजां पढ़िया एक की हुंदा कंक्रीट एक की हुंदा अबस्ट्रैक्ट कंक्रीट की है जो चीजा साडे सामने पईआं की करदियां ने दिखाई दिंदियां ने ते जिहड़ियां चीजा साडे सामने पईआं दिखाई नहीं दिंदियां उहनां नूं की कहिंदे ने अबस्ट्रैक्ट यानी कि इस स्टेज दे विच बच्चे दी ओह अबस्ट्रैक्ट थिंकिंग भी की हो जाती है डिवेलप हो जाती है फिर बच्चा साइंटिफिकली सोचना भी की कर दिंदा स्टार्ट कर दिंदा बच्चे दी जिहड़ी हाइपोथेटिकल थिंकिंग आ उह भी की हो जाती है डिवेलप हो जाती है यानी कि बच्चा अजम्पशंस बनाउणियां की कर दिंदा स्टार्ट कर दिंदा यानी कि उन्हें पता लगन लग जाता भी इस प्रॉब्लम का जो सोल्यूशन वो आप इस ढंग नाल भी कर सकते हैं इस ढंग नाल भी कर सकते हैं तो इस ढंग नाल भी कर सकते हैं यानी कि वह हाइपोथेटिकल उसकी की हो जाती है डिवेलप हो जाती है तो बच्चे के जी क्रिटिकल थिंकिंग कि थिंकिंग क्रिटिकल थिंकिंग भी की हो जाती है डिवेलप हो जाती है क्रिटिकल थिंकिंग मीनस उन्होंने पता लगन लग जाता भी जोड़ा यह एस्पैक्ट है ये पॉजिटिव पॉइंट ने तो यह उसके की ने नैगेटिव पॉइंट ने यानी कि वह किसी भी एस्पैक्ट किसी भी कंसैप्ट प्रति क्रिटिकली सोचना की कर दिंदा स्टार्ट कर दिंदा फिर उस तो बाद उहदे विच कन्वर्जेंट ते डिवर्जेंट थिंकिंग भी की हो जाती है डिवेलप हो जाती है केड़ी थिंकिंग कन्वर्जेंट एंड डिवर्जेंट थिंकिंग कन्वर्जेंट का मतलब की आ भी एक प्रॉब्लम का एक बेस्ट सोल्यूशन देना एक प्रॉब्लम का एक बेस्ट सोल्यूशन देना ते जिहड़ा डिवर्जेंट आ डिवर्जेंट का मतलब की आ एक प्रॉब्लम दे मल्टीपल की देने सोल्यूशन देने जदों तां बच्चा एक प्रॉब्लम का एक सोल्यूशन देवे वह भी बेस्ट सोल्यूशन देवे तां इट मीनज उहने केड़ी थिंकिंग यूज की आ डिवर्जेंट सॉरी कन्वर्जेंट बट जे एक प्रॉब्लम के अनेक सोल्यूशन दे दे यानी कि मल्टीपल सोल्यूशन दे दे फिर उसने केड़ी थिंकिंग स्टार्ट की यूज की आ डिवर्जेंट आम तौर पर जिन्हें भी प्रॉब्लम सॉल्विंग नेचर के बच्चे ने केड़ी नेचर के बच्चे ने प्रॉब्लम सॉल्विंग नेचर के बच्चे ने उन्होंने केड़ी थिंकिंग होंगी है कन्वर्जेंट तो जेडे क्रिएटिव माइंड बच्चे ने किड़े बच्चे ने क्रिएटिव माइंड बच्चे ने उन्होंने जी थिंकिंग होंगी उन्होंने केड़ी थिंकिंग होंगी है डिवर्जेंट थिंकिंग मैं फिर दस रहा असी थर्ड स्टेज पढ़ी बच्चे केड़ी सिंबोलिक स्टेज यह किन्ने तो किन्ने तक चलती है सिक्स टू ऑनवर्ड इस स्टेज का सैकंड नेम की है लैंग्वेज बेस्ड स्टेज यानी कि इस स्टेज के बच्चे के जी लैंग्वेज है वह की हो जाती है डिवेलप हो जाती है बच्चा अपनी जी एक्सपीरियंस है वह कि थ्रू रीप्रजेंट करता वर्ड्स से सिंबल के थ्रू बच्चे के जी एबसट्रैक्ट थिंकिंग है वह भी की हो जाती है डिवेलप हो जाती है ते बच्चे की जी हाइपोथेटिकल थिंकिंग वह भी की हो जाती है डिवेलप हो जाती है क्रिटिकली सोचना की कर दिंदा स्टार्ट कर दिंदा बच्चे दे विच कन्वर्जेंट एंड डिवर्जेंट थिंकिंग भी की हो जाती है डिवेलप हो जाती है इस स्टेज दे विच बच्चे दे जिहड़े टीचिंग मैथड ने यानी कि केड़े मैथड के थ्रू बच्चा सीखता गा वह टीचिंग मैथड केड़े ने डिस्कशन मैथड डिबेट मैथड प्रॉब्लम सॉल्विंग यानी कि इस स्टेज दे विच बच्चा जिहड़ा सीखदा गा उह किहदे थ्रू सीखदा यानी कि उह जिहड़े मैं टीचिंग मैथड यूज करदा उह किहड़े करदा डिस्कशन मैथड सैकंड केड़ा डिबेट मैथड थर्ड केड़ा प्रॉब्लम सॉल्विंग इस तरह के मैथड की करदा गा यूज करदा आपां स्टूडेंट की पढ़िया ब्रूनर दे किन्ने मोड़ ने थ्री ब्रूनर ने किन्ने मोड़ दिते ने थ्री पहला केड़ा गा इनएक्टिव सैकंड केड़ा गा आइकॉनिक ते थर्ड केड़ा गा सिंबोलिक अजली स्टूडेंट्स इन्ना ही इन्हां नाल रिलेटेड सॉरी इस टॉपिक नाल रिलेटेड तुहाडी कोई भी प्रॉब्लम होवे तां तुसी कमेंट बॉक्स दे विच कमेंट करके क्लीयर कर सकदे हो थैंक यू